चैनल इंडिया क्राइम न्यूज़ वेख रहे सारे दर्शकों का स्वागत करते हैं। बटाला शहर तो खबर सामने आ रही है जिथे बीको कंपलैक्स में मौजूद जे के गलास सल्यूशन नाँ की दुकान से बीती देर रात चोरों वालों वारदात को अंजाम दिता गया। जानकारी देंदिया दुकान मालक अनूप खुल्लर ने दसिया कि तकरीबन 60 to 70 हज़ार रुपये का नुकसान होया, जिस विचों 18 हज़ार रुपया कैश उन्हें दुकान तो चोरों वालों गायब किया गया है। उधर ये सारी घटना सीसीटीवी कैमरे में कैद हुई। फिलहाल पुलिस मामले की जांच कर रही है। चौंकी इंचार्ज बस स्टैंड ASI गुरप्रीत सिंह दसिया कि उन्होंने वालों केस दर्ज कर लिया गया है, जल्द ही चोरों को काबू किया जाएगा। तुम दस दिए कि बटाला शहर में लगातार चोरी की वारदात हो रही हैं। वेखते रहो चैनल इंडिया क्राइम न्यूज़। बटाला तो पत्रकार नरेंद्र कौर परिवाल ते रिंकू राजा की खास रिपोर्ट। बोलियो ना ਕਿਹਦਾ ਨਾਂ ਕੀ? ਕਿੱਥੋਂ ਰਹਿਣਾ? ਕੀ ਮਸਲਾ ਹੈ? ਦੁਕਾਨ ਕਿੱਥੇ ਪੈਂਦੀ ਤੁਹਾਡੀ? ਅੱਛਾ ਜੀ, ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਦਾ ਜਿਹੜਾ ਕੈਸ਼ ਸੀ ਉਹ 18 ਹਜ਼ਾਰ ਰੁਪਇਆ ਹੈਗਾ ਸੀ ਕੱਲ੍ਹ ਦਾ ਇੱਥੇ ਹੀ, ਅਤੇ ਬਾਕੀ ਜੋ ਸਮਾਨ ਹਜੇ ਹੁਣ ਗਿਣਤੀ ਮਿਲਦੀ ਹੋਏਗੀ ਫਿਰ ਹੀ ਪਤਾ ਲੱਗੇਗਾ ਹਾਰਡਵੇਅਰ ਕਿੰਨਾ ਗਿਆ ਕੀ ਗਿਆ। ਕੁਛ ਅੰਦਾਜ਼ਾ? ਅੰਦਾਜ਼ਾ ਪੁੱਛ ਰਹੇ ਕਿੰਨਾ ਕੁ ਨੁਕਸਾਨ ਦਾ ਟੋਟਲ ਤੁਸੀਂ ਕਿੰਨਾ ਕਹਿ ਸਕਦੇ? ਅੱਛਾ, ਕੰਪਲੇਂਟ ਕੀਤੀ ਤੁਸੀਂ? ਕੰਪਲੇਂਟ ਕੀਤੀ ਆ, ਸੀਸੀਟੀਵੀ ਕਰਕੇ ਆਏ ਹਾਂ, ਉਧਰੋਂ ਵੀ ਆਏ ਹੋ ਦੇਖ ਕੇ ਗਏ ਆ, ਬਾਕੀ ਰਿਕਾਰਡਿੰਗ ਦਾ ਦੇਖਣ ਦੇ ਉਹਨਾਂ ਨੇ ਕੈਮਰੇ ਬੰਦ ਕਰਦੇ, ਜੇ ਰਿਕਾਰਡਿੰਗ ਆਈ ਆ ਉਹ ਦੇਖ ਲਈ। ਸਰ ਇਹ ਕਿਹਦਾ ਕੰਮ ਜਾਪਦਾ ਤੁਹਾਨੂੰ? ਜਿਹਨੂੰ ਪਤਾ ਵਾ ਸਭ ਕੁਛ, ਕਿੱਧਰੋਂ ਕਿਹੜਾ ਦਰਵਾਜ਼ਾ ਖੋਲ੍ਹਣਾ ਵਾ, ਕਿੱਥੇ ਬੈਟਰੀ ਲੱਗੀ ਆ, ਕਿੱਥੇ ਕੈਮਰੇ ਆ, ਕਨੈਕਸ਼ਨ ਕਿੱਥੇ, ਜਿਹਨੇ ਸਾਰਾ ਕੁਛ ਬੰਦ ਕੀਤਾ ਵਾ ਕੰਮ 'ਚ, ਡਰਦੇ ਬੰਦੇ ਪੈ ਗਿਆ ਪਤਾ ਕੌਣ ਆ, ਪਹਿਲੇ ਵਾਲੇ ਬੰਦੇ ਹੋਣ ਕੋਈ ਉਹ ਵੀ ਹੋ ਸਕਦਾ। ਸੀਸੀਟੀਵੀ ਕੈਮਰੇ 'ਚ ਕੋਈ ਅੰਦਾਜ਼ਾ ਲੱਗਾ ਕਿਉਂ ਨਾ ਜਿਹੜਾ? ਅੰਦਾਜ਼ਾ ਭਾਅ ਜੀ ਇੱਦਾਂ ਤਾਂ ਕਰਦਾ ਨਹੀਂ, ਥੋੜ੍ਹਾ ਬਹੁਤਾ ਸ਼ਾਇਦ ਹੋਏ ਪਰ ਪੱਕਾ ਕੋਈ ਪਤਾ ਨਹੀਂ ਹੈਗਾ। ਕੋਈ ਥੋੜ੍ਹਾ ਬਹੁਤਾ ਨਹੀਂ, ਅੰਦਾਜ਼ਾ ਇੱਦਾਂ ਲੱਗਾ ਹੀ ਨਹੀਂ ਕੋਈ ਬੰਦਾ, ਕਿਉਂਕਿ ਅਲੱਗ ਹੀ ਆ, ਉਹ ਇਕੱਲਾ ਹੀ ਉਹਨੇ ਮੂੰਹ ਵੀ ਬੰਨਿਆ ਲਾਈ ਅਤੇ ਉੱਦਾਂ ਵੀ ਕੋਈ ਉਹ ਨਹੀਂ ਹੈਗਾ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ। आप देख रहे हैं इंडिया क्राइम न्यूज़।